ਸੋ ਅੱਜ ਅਸੀਂ ਆਪਣੀ ਪ੍ਰੋਡਕਸ਼ਨ ਮਿੰਟੂ ਸਿੱਧੂ ਫਿਲਮਸ ਵੱਲੋਂ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ ਹਾਂ ਜੋ ਵੀਰ ਸਰਦਾਰ ਅਮਰਜੀਤ ਸਿੰਘ ਜੀ ਸਭਰਾ ਜੋ ਕਿਸੇ ਵੀ ਜਾਣ ਪਛਾਣ ਦੇ ਮਹਤਾਜ ਨਹੀਂ ਕਿਉਂਕਿ ਬਹੁਤ ਨਾਮ ਆ ਉਹਨਾਂ ਦਾ ਸੋ ਉਹਨਾਂ ਦਾ ਅਸੀਂ ਇੱਕ ਸੌਂਗ ਲੈ ਕੇ ਆ ਰਹੇ ਹਾਂ ਆਫਟਰ 1984 ਤੋਂ ਬਾਅਦ ਜੋ ਸੌਂਗ ਦਾ ਥੀਮ ਹੈ ਉਹ ਇਹ ਆ ਤੁਹਾਨੂੰ ਜਦੋਂ ਤੁਸੀਂ ਗਾਣਾ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਅਸੀਂ ਬੜੀ ਮਿਹਨਤ ਕੀਤੀ ਇਹਦੇ ਵਿੱਚ ਸਾਰਿਆਂ ਜਣਿਆਂ ਨੇ ਸੋ ਜੋ ਅੱਗੇ ਤੁਸੀਂ ਜਿੱਦਾਂ ਪਿਆਰ ਦਿੰਦੇ ਰਹੇ ਉਮੀਦ ਹੈ ਕਿ ਸਾਨੂੰ ਹੁਣ ਵੀ ਓਨਾ ਹੀ ਪਿਆਰ ਦਿਓਗੇ ਅਤੇ ਇਹ ਸਾਡਾ ਜੋ ਅਸੀਂ ਸਾਰੇ ਨੇ ਬੜੀ ਮਿਹਨਤ ਕੀਤੀ ਹੈ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਸਰਦਾਰ ਅਮਰਜੀਤ ਸਿੰਘ ਹੋਣੀ ਮਿੰਟੂ ਵੀਰ ਸਾਰੇ ਬਹੁਤ ਮਿਹਨਤ ਕੀਤੀ ਸਾਰੇ ਨੇ ਅਤੇ ਅਸੀਂ ਬੜੀ ਮਿਹਨਤ ਕਰਕੇ ਇਹ ਗਾਣਾ ਲੈ ਕੇ ਆਏ ਹਾਂ ਅਤੇ ਉਮੀਦ ਆ ਕਿ ਤੁਹਾਨੂੰ ਪਸੰਦ ਆਊਗਾ ਤੁਸੀਂ ਅੱਗੇ ਵੀ ਸਾਡੀ ਮੇਰੀ ਫਿਲਮ ਸਾਨੂੰ ਪੰਜਾਬ ਨੂੰ ਜੋ ਸੁਖਮੰਦੀ ਅਸੀਂ ਕੀਤੀ ਸੀ ਉਹਨੂੰ ਦਿੱਤਾ ਸੀ ਪਿਆਰ ਅਤੇ ਅਸੀਂ ਹੋਰ 20 ਗਾਂ ਲੈ ਕੇ ਆਵਾਂਗੇ ਹੋਰ 20 ਅਸੀਂ ਗਾਂ ਨਵੇਂ ਨਵੇਂ ਪ੍ਰੋਜੈਕਟ ਲੈ ਕੇ ਆਵਾਂਗੇ ਸੋ ਮੈਂ ਵੀਰ ਅਮਰਜੀਤ ਸਿੰਘ ਹੁਣ ਕਹੂੰਗਾ ਕਿ ਕੁਛ ਨਾ ਕੁਛ ਦੱਸਣ ਦਰਸ਼ਕਾਂ ਨੂੰ ਕਿਉਂ ਦਰਸ਼ਕ ਇਹ ਵੇਖਣ ਦੱਸੋ ਜੀ ਸਰਦਾਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਵੀਰਾਂ ਭੈਣਾਂ ਨੂੰ ਇਹ ਮੈਂ ਸਮਝਦਾ ਵੀ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਉਪਰਾਲਾ ਆਫਟਰ 1984 ਤੋਂ ਬਾਅਦ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਮਗਰੋਂ ਪੰਜਾਬ ਵਿੱਚ ਕੀ ਕੁਝ ਹੋਇਆ ਕਿਵੇਂ ਪੰਜਾਬ ਦੀ ਜਵਾਨੀ ਨੂੰ ਮਜਬੂਰ ਕੀਤਾ ਗਿਆ ਇਤਿਹਾਸ ਚੁੱਕਣ ਵਾਸਤੇ ਸਮੇਂ ਦੀ ਸਰਕਾਰ ਨੇ ਸੈਂਟਰ ਦੀ ਗੌਰਮੈਂਟ ਨੇ ਸੋ ਸਾਰੀ ਸਟੋਰੀ ਨੂੰ ਇਹਦੇ ਵਿੱਚ ਅਸੀਂ ਫਿਲਮਾਉਣ ਦਾ ਯਤਨ ਕੀਤਾ ਮਿੰਟੂ ਸਿੱਧੂ ਹੋਣਾ ਦਾ ਬੜਾ ਵੱਡਾ ਉਪਰਾਲਾ ਸਾਡੀ ਸਾਰੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਇਹ ਜਿਹੜਾ ਵੀਡੀਓ ਹੈ ਗੀਤ ਹੈ ਤੁਹਾਡੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮੁਹੱਬਤ ਕਰਨ ਵਾਲੇ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਆ ਉਹ ਜ਼ਰੂਰ ਯਤਨ ਕਰਨ ਇਹਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਏ 13 ਅਪ੍ਰੈਲ ਨੂੰ ਯੂਟਿਊਬ ਉੱਤੇ ਤੁਸੀਂ ਆਫਟਰ 1984 ਭਰ ਕੇ ਵੇਖ ਸਕਦੇ ਹੋ ਸਾਡੇ ਇਸ ਉਪਰਾਲੇ ਨੂੰ ਔਰ ਸੁਝਾਅ ਵੀ ਜ਼ਰੂਰ ਭੇਜਣ ਦਾ ਯਤਨ ਕਰਨਾ ਉਮੀਦ ਰੱਖਦਾ ਹਾਂ ਜੀਵਨ ਵਿੱਚ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਉਦੋਂ ਵੀ ਵੱਧ ਮੁਹੱਬਤ ਇਸ ਉਪਰਾਲੇ ਨੂੰ ਭਰਵਾਂ ਹੰਗਾਰਾ ਦਿੰਦਿਆਂ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਸਰਦਾਰ ਅਮਰਜੀਤ ਸਿੰਘ ਹੋਣਾ ਤੁਹਾਨੂੰ ਦੱਸਦਾ ਕਿ 13 ਅਪ੍ਰੈਲ ਯਾਨੀ ਕਿ ਵਿਸਾਖੀ ਵਾਲੇ ਦਿਨ ਅਸੀਂ ਇਹਨੂੰ ਗਾਣੇ ਨੂੰ ਰਿਲੀਜ਼ ਕਰਾਂਗੇ ਅੱਜ ਅਸੀਂ ਪੋਸਟਰ ਰਿਲੀਜ਼ ਕਰਦੇ ਹਾਂ ਹੋਇਆ ਅਤੇ ਇਹ ਤੁਸੀਂ ਮਿੰਟੂ ਸਿੱਧੂ ਚੈਨਲ ਦੇ ਉੱਤੇ ਦੇਖੋਗੇ ਉਹ ਤੋਂ ਬਾਅਦ ਸਾਰੇ ਹੀ ਚੈਨਲਾਂ 'ਤੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਅਤੇ ਬੜਾ ਪਿਆਰ ਦਿੱਤਾ ਸਾਰੇ ਨੇ ਮੈਂ ਰਿਪੀਟ ਕਰੂੰਗਾ ਅਤੇ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਚੀਜ਼ ਦੀ ਹੈ ਕਿ ਅਸੀਂ ਆਪਣੇ ਏਰੀਏ ਦੇ ਹੀ ਮੁੰਡੇ ਜੋ ਸਾਡੇ ਵੀਰ ਉਹਨਾਂ ਨੂੰ ਹੀ ਮੌਕਾ ਦਿੱਤਾ ਹੈ ਅਤੇ ਉਹਨਾਂ ਨੇ ਹੀ ਕੰਮ ਕੀਤਾ ਹੈ ਅਤੇ ਬੜੀ ਤਸੱਲੀ ਹੋਈ ਦਿਲ ਨੂੰ ਖੁਸ਼ੀ ਵੀ ਹੋਈ ਕਿ ਸਾਰੇ ਭੈਣ ਭਰਾਵਾਂ ਨੂੰ ਮੌਕਾ ਮਿਲਿਆ ਕੰਮ ਕਰਨ ਦਾ ਅਤੇ ਉਮੀਦ ਕਰਦਾ ਵਾਂ ਕਿ ਗਾਂ ਇੱਦਾਂ ਹੀ ਸਾਡੇ ਕੋਲ ਚੰਗੇ ਚੰਗੇ ਆਰਟਿਸਟ ਆਉਣਗੇ ਮਿੰਟੂ ਜੀ ਨੇ ਕੰਮ ਕੀਤਾ ਵਿੱਚ ਬਹੁਤ ਵਧੀਆ ਥਾਣੇਦਾਰ ਦਾ ਰੋਲ ਕੀਤਾ ਜੀ ਇਹਨਾਂ ਨੇ ਸੋ ਸਭਰਿਆਮ ਜੀ ਨੇ ਕੀਤਾ ਬਹੁਤ ਵਧੀਆ ਰੋਲ ਸਾਰਿਆਂ ਨੇ ਕੀਤਾ ਕੁਛ ਸਾਡੇ ਸੱਜਣ ਆ ਨਹੀਂ ਸਕੇ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਇਹ ਸਾਡੇ ਉਪਰਾਲੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅਸੀਂ ਹੋਰ ਵੀ ਕੁਛ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਤੁਹਾਡੇ ਪਿਆਰ ਸਿਰ 'ਤੇ ਅਸੀਂ ਇਹ ਕੋਈ ਵੀ ਹੱਲਾਸ਼ੇਰੀ ਜਦੋਂ ਮਿਲਦੀ ਹੈ ਇਨਸਾਨ ਫਿਰ ਹੀ ਗਾਂ ਵੱਧਦਾ ਹੈ ਅਤੇ ਵਧਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਮੀਦ ਹੈ ਕਿ ਤੁਸੀਂ ਇਹ ਪੋਸਟਰ ਨੂੰ ਜੋ ਅਸੀਂ ਅੱਜ ਪੋਸਟ ਪਾ ਰਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿੱਦਣ ਅਸੀਂ ਗਾਣਾ ਰਿਲੀਜ਼ ਕਰੀਏ ਅਤੇ ਗਾਣਾ ਪਾਉਂਦੇ ਹਾਂ ਸਾਰੀ ਦੁਨੀਆ ਦੇਖ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ 13 ਅਪ੍ਰੈਲ ਵਿਸਾਖੀ ਵਾਲੇ ਦਿਨ ਵੇਖਣਾ ਨਾ ਭੁੱਲਣਾ ਗਾਣਾ ਸਾਡਾ ਆਫਟਰ 1984 ਬਹੁਤ ਵਧੀਆ ਜੀ ਅਸੀਂ ਬੜੀ ਮਿਹਨਤ ਕੀਤੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਸੋ ਮਚ